ਰਾਮ ਰਾਮ ਜੀ ਸਾਰੇ ਹੀ ਜੈ ਮਾ ਡੋਗਰੀ ਤੇ ਅੱਜ ਦਾ ਬਲੌਗ ਨੰਬਰ 5 ਜੀ ਤੁਹਾਨੂੰ ਤੇ ਸਾਰਿਆਂ ਦਾ ਮਤਾ ਮਤਾ ਸਵਾਗਤ ਹੈ ਤੇ ਮਤਾ ਮਤਾ ਮਲਾ ਰਿਹਾ ਤੇ ਆਓ ਅੱਜ ਦਾ ਬਲੌਗ ਕੁਛ ਇੰਨੇ ਸ਼ੁਰੂ ਹੁੰਦਾ ਹੈ ਤੇ ਸਾਰੇ ਕੋ ਪਹਿਲਾਂ ਘਰੋਂ ਨਿਕਲਦੇ ਹੀ ਭਗਵਾਨ ਦਾ ਨਾਮ ਲਿਓ ਤੇ ਬੋਲੋ ਜੈ ਸ਼੍ਰੀ ਰਾਮ ਜੈ ਤੁਲਸੀ ਮਈਆ ਦੀ ਤੇ ਉਹ ਨਿਕਲੋ ਕਰੋ ਬਾਹਰ ਤੇ ਘਰ ਦੇ ਬਾਹਰ ਜੈ ਨਾਗ ਦੀਪਤੇ ਦੀ ਉਹਦੇ ਬਾਅਦ ਚ ਮੈਂ ਲਿਫਟ ਮਿਲੀ ਗਈ ਬਰਨੋਟੀ ਜਾਣੇ ਵਾਸਤੇ ਕਿਉਂਕਿ ਮੈਂ ਲੇਟ ਹੋ ਚੁੱਕਾ ਅੱਜ ਮੈਂ ਜਲਦੀ ਜਲਦੀ ਪੁੱਜਣਾ ਹਾਂ ਟਾਈਨੀਸ ਕਲਰ ਸਕੂਲ ਬਾਜ਼ਾਰ ਔਰ ਇਸ ਲਈ ਮੈਂ ਪੁੱਜੀ ਚੁਕਿਆ ਨਾ ਬਰਨੋਟੀ ਔਰ ਬਈਆਂ ਦਾ ਮੈਂ ਥੈਂਕਸ ਕਰਨਾ ਡਾਕਟਰ ਸਾਹਿਬ ਹੁੰਦਾ ਤੇ ਉਹਦੇ ਬਾਅਦ ਚ ਮੈਂ ਪੁੱਜੀ ਆਏ ਆਪਣੇ ਜਿੱਥੇ ਮੈਂ ਉਤਰਨਾ ਹਾਂ ਬੱਸ ਬੈਠਦਾ ਹਾਂ ਮੈਂ ਤੇ ਬਾਅਦ ਚ ਉਤਰੀ ਆ ਮੈਂ ਐਸਐਸਪੀ ਦਫ਼ਤਰ ਦੇ ਨਜ਼ਦੀਕ ਜਿੱਥੇ ਟੈਨਿਸ ਸਕੂਲ ਸਕੂਲ ਹੈ ਤੇ ਹੁਣ ਮੈਂ ਜਾ ਕਰਨਾ ਰੋਡ ਪਾਰ ਕਰਾ ਕਰਨਾ ਐਚਡੀਐਫਸੀ ਬੈਂਕ ਦੇ ਬਾਹਰ ਪੁੱਜੀਦਾ ਤੇ ਮੈਂ ਸਕੂਲ ਵਾਲੀ ਗਲੀ ਚ ਪੁੱਜੀ ਆਇਆ ਤੇ ਇਹ ਸਕੂਲ ਇੱਥੇ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਹੁੰਦਾ ਅੱਜ ਖੇਲ ਦਾ ਪ੍ਰੋਗਰਾਮ ਹੈ ਖੇਲਣਾ ਕਰਨੀ ਹੈ ਜ ਬੱਚੇ ਆਰ ਮੈਂ ਸਲਾਪ ਪੁੱਜੀ ਚੁਕੇ ਨਾ ਇਥੇ ਚੀਫ ਗੈਸਟ ਵੀ ਆਏ ਨੇ ਔਰ ਇਹ ਬੱਚੇ ਦਾ ਖੇਲਣਾ ਦਾ ਪ੍ਰੋਗਰਾਮ ਆ ਇਹ ਪ੍ਰੋਗਰਾਮ ਹੈ ਜੀਆਂ ਕਵਰ ਕੀਤਾ ਉਹਦੇ ਬਾਅਦ ਸਕੂਲਾਂ ਨੇ ਕੀਤੀ ਸੇਵਾ ਠੰਡੇ ਜੂਸ ਕਰਨਾ ਜੂਸ ਪੀਣੇ ਦੇ ਬਾਅਦ ਮੈਂ ਨਿਕਲੀਆ ਸਟੇਡੀਅਮ ਵਾਲੇ ਪਾਸੇ ਤੇ ਸਟੇਡੀਅਮ ਤੇ ਜੀਆਂ ਮੈਂ ਬਾਹਰ ਪੁੱਜਾ ਤੇ ਉੱਥੇ ਮਿਲਿਆ ਵੀ ਇੱਕ ਪੱਤਰਕਾਰ ਭਰਾ ਔਰ ਕੰਨੇ ਮਿਲਿਆ ਮੈਂ ਇੱਕ ਪੁਲਿਸ ਦੇ ਨੌਜਵਾਨ ਤੇ ਉਹਨਾਂ ਦੇ ਨਾਲ ਮਿਲਿਆ ਤੇ ਸਿੱਧਾ ਅਥਰ ਮੇਰੇ ਕੰਨੇ ਪੱਤਰਕਾਰ ਤਹੀ ਜਾ ਕੇ ਨੇ ਸਟੇਡੀਅਮ ਦੇ ਅੰਦਰ ਪ੍ਰੋਗਰਾਮ ਕਰਨ ਇਥੇ ਟੂਰਨਾਮੈਂਟ ਜਿਹੜੀ ਆ ਵਾਜੀ ਸ਼ ਜਿਹੜੇ ਵੀ ਪੁਲਿਸ ਭਰਾ ਸਾਡੇ ਜਿਹੜੇ ਵੀ ਇਹ ਨੋਜਮਾਨ ਜਿਹੜੇ ਸ਼ਿਹਤ ਹੋਦੇ ਆ ਉਹਦੇ ਨਾਲ ਟੂਰਨਾਮੈਂਟ ਹੁੰਦੀ ਹੈ ਤੇ ਉਹ ਟੂਰਨਾਮੈਂਟ ਹੀ ਹੈ ਜਿੱਥੇ ਹੋਰ ਵੱਡੇ ਵੱਡੇ ਪੁਲਿਸ ਆਫੀਸਰ ਜਿਹੜੇ ਇਹ ਉਹ ਇੱਥੇ ਪੁੱਜਦੇ ਸੇ ਉਹਨਾਂ ਸ਼ਰਧਾਂਜਲੀ ਦਿੱਤੀ ਜੰਮੂ ਸੰਸਕ੍ਰਿਤ ਸਕੂਲ ਦੇ ਬੱਚੇ ਜਿਹੜਾ ਇੱਥੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਉਹਨਾਂ ਆਪਣੇ ਗੀਤ ਪ੍ਰਸਤੁਤ ਕੀਤੇ ਔਰ ਉਹਦੇ ਬਾਅਦ ਜਿਹੜਾ ਹੈ ਪ੍ਰੋਗਰਾਮ ਜਿਹੜਾ ਹੈ ਉਹ ਚੱਲਦਾ ਰਿਹਾ ਗੱਲ ਕਰਾਂ ਤਾਂ ਮੈਚ ਸ਼ੁਰੂ ਹੋਈ ਹੈ ਤੇ ਚੌਕੀ ਛੱਕੀ ਜਿਹੜੇ ਨਾਲ ਕਾਫੀ ਭੱਜੇ ਨਾਲ ਇੱਥੇ ਤੇ ਔਰ ਮੈਚ ਬੜਾ ਸ਼ਾਇਲ ਹੋਇਆ ਹੈ ਤੇ ਜਿਹੜੇ ਦਰਸ਼ਕਾ ਦੇ ਉਹ ਸਟੇਡੀਅਮ ਦੇ ਬਾਅਦ ਮੈਂ ਪੁੱਛਿਆ ਕਿ ਕਾਂਗਰਸ ਦਫ਼ਤਰ ਚ ਉੱਥੇ ਕ ਪ्रेस कॉन्फ्रेंस ਸੀ ਉਹ ਇਹ ਉਹਦਾਜ ਕਵਰ ਕੀਤਾ ਇੱਥੋਂ ਪ੍ਰੋਗਰਾਮ ਖਤਮ ਕੀਤਾ ਤੇ ਮੈਂ ਪੁੱਛਿਆ ਹਾਲ ਮਾਰਕ ਇੱਥੇ ਦੇ ਮਾਲਕ ਕਨੇ ਮਿਲਣਾ ਹ ਲੇਕਿਨ ਉਹ ਨਹੀਂ ਮਿਲ ਪਾਇਆ ਸਾਨੂੰ ਤੇ ਚਲੋ ਹੁਣ ਅੱਗੇ ਵਾਲੀ ਤਰਫ ਚਲ ਚਾ ਉਹਦਾਜ ਮਾਈਆ ਕੋਟ ਲੱਗ ਗਿਆ ਤੇ ਕੋਟ ਲੱਗਿਆ ਵੀ ਕੋਈ ਕੰਮ ਹਮੀ ਤੇ ਇੱਥੇ ਵੀ ਕੋਈ ਨਾ ਮਿਲਣਾ ਹ ਵਕੀਲ ਕਨੇ ਤੇ ਮਿਲੇ ਆ ਮਿਲਣੇ ਬਾਅਦ ਆਹੀਂ ਜਿਹੜੇ ਨਿਕਲੀ ਇੱਥੋਂ ਅੱਠੂਏ ਵਾਲੀ ਇਹ ਨਹੀਂ ਜਿਹਕੇ 08 ਵਾਲੀ ਇਹ ਨਹੀਂ ਇੱਕ ਗੱਲ ਫੇਰ ਦੱਸ ਜਾ ਪਉ ਜਿਵੇਂ ਪਿਛਲੀ ਵਾਰ ਸੀ ਹਸੀਨੀ ਇਸ ਵਾਰ ਫਿਰ ਹੱਸ ਜਾ ਨ ਪੁਜੀਦਾ ਐਮ ਐਲ اے ਜੁਟੀ ਸਾਹਿਬ ਉਹਦੇ ਘਰ ਤੇ ਉੱਥੇ ਲੱਗੀ ਬਧਾਰੀ ਲੰਮਾਣਾ ਕਿਉਂਕਿ ਉਹਦਾ ਪਾਰਕ ਜਿਹੜਾ ਹੈ ਉਹ ਬੜਾ ਗੇਸ਼ਾਲ ਹੈ ਤੇ ਫਿਰ ਮੈਂ ਪੁਜੀਆ ਲਾਡੀ ਦੇ ਟਾਟਾ ਬੇਵਰ ਔਰ ਉੱਥੇ ਜਿਹੜੇ ਸੁਮਨ ਸਾਹਿਬਰ ਮਿਲੇ ਗਟਿਆਲੇ ਉਹਨਾਂ ਦੇ ਚਾਚੂ ਪੀਤੀ ਤੇ ਉਹਦੇ ਬਾਅਦ ਜਿਹੜਾ ਹੈ ਮੈਂ ਪੁਜੀਆ ਪਰ ਨੋਟੀ ਪਰ ਨੋਟੀ ਮੈਂ ਆਪਣੇ ਰਿਲੇਟਿਵ ਕਨਾਂ ਇਸ਼ਾਂਤ ਨੂੰ ਕਨਾਂ ਥਮਲਾਇਆ ਤੇ ਹੈਲੋ ਹਾਈ ਕੀਤਾ ਤੇ ਆ ਚਲ ਪੁੱਛਿਆ ਤੇ ਉਹਦੇ ਬਾਅਦ ਜਿਹੜਾ ਹੈ ਮੈਂ ਪੁਜੀਆ ਗੱਡੀ ਦਾ ਇੰਤਜ਼ਾਰ ਕਰਨ ਵਾਸਤੇ ਗੱਡੀ ਨਹੀਂ ਆਈ ਤੇ ਲਿਫਟ ਰੱਬੀ ਮੀ ਸਰਪੰਚ ਸਾਹਿਬ ਹੁੰਦੇ ਮੁੰਡੇ ਦੀ ਉਹਦੀ ਗੱਡੀ 'ਚ ਬੈਠੀ ਜਿਹੜਾ ਹੈ ਮੈਂ ਘਰ ਲੱਗੀ ਪਿਆ ਆਣ ਰਸਤੇ ਦੇਖਿਆ ਮੈਂ ਫਟਕ ਖੋਲਿਆ ਮਨ ਬੜਾ ਖੁਸ਼ ਹੁੰਦਾ ਜਿਹੜਾ ਫਟਕ ਖੋਲਣ ਦਾ ਜਿਹੜਾ ਬੰਦ ਹੁੰਦਾ ਤੇ ਬੜਾ ਹੀ ਪਰਿਖੁਸ਼ ਹੋਰ ਮੈਂ ਥੈਂਕਸ ਕਰਨਾ ਤੁਹਾਡਾ ਕਿ ਤੁਸੀਂ ਮੈਨੂੰ ਇੱਥੇ ਪਹੁੰਚਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਪੁੱਜੀ ਆ ਘਰ ਤੇ ਘਰ ਦਾ ਮੋਲ ਦੇਖਿਆ ਮੈਂ ਕੱਲ ਇੱਕ ਛੋਟਾ ਜਿਹਾ ਫੰਕਸ਼ਨ ਹੈ ਤੇ ਮੈਂ ਚਲਿਆ ਸਮਾਨ ਲੈਣ ਸਮਾਨ ਲੈਣ ਚਲਿਆ ਮੈਂ ਤੇ ਗੱਡੀ ਕੀਤੀ ਸਟਾਰਟ ਫੰਕਸ਼ਨ ਇਹ ਨਿਕਾਇਆ ਜਾ ਕੇ ਕਰੀਤਾ ਹੁੰਦੀਆਂ ਨੇ ਉਹ ਕਰਨੇ ਪਉਂਦੀਆਂ ਨੇ ਤੇ ਉਹ ਰੀਤਾ ਜਿਹੜੀਆਂ ਉਹਦਾ ਫੰਕਸ਼ਨ ਹੈ ਕੱਲ ਛੋਟਾ ਜਿਹਾ ਲੰਚ ਹੈ ਤੇ ਇਹਦੇ ਵਿੱਚ ਜਿਆਦਾ ਕੁਛ ਨਹੀਂ ਹੈ ਨਾਰਮਲ ਜੇ ਪਰੋਨੇ ਆਨੇ ਘਰ ਤੇ ਉਹਦੇ ਬਾਅਦ ਮੀ ਕਰਨ ਲੱਗਿਆ ਕੋਈ ਸਬਜ਼ੀ ਬਣਾ ਤੇ ਮੈਂ ਆਪਣੇ ਛੁੱਟੇ ਅੱਜ ਚਿੱਲੀ ਪਨੀਰ ਚਿੱਲੀ ਪਨੀਰ ਬਣਾਇਆ ਮੈਂ ਤੇ ਬੜਾ ਹੀ ਸਵਾਦ ਬਣਿਆ ਘੜਕ ਪੇਜੀਦੀ ਹੈ ਤੇ ਤੁਹਾਨੂੰ ਮੁੱਝ ਵੀ ਪਾਣੀ ਆਈਦਾ ਮੀ ਪਤਾ ਹੈ ਤੇ ਤੁਸੀਂ ਵੀ ਸਮਝ ਲਿਆ ਹੋ ਤੇ ਆਪਣੇ ਘਰ ਚਿੱਲੀ ਪਨੀਰ ਜਿਹੜਾ ਆ ਉਹ ਬਣਾਈ ਲਓ ਅਗਰ ਨਹੀਂ ਬਣਦਾ ਤਾਂ ਮੁੱਲੇ ਲਈ ਜਾਓ ਉਹਦੇ ਬਾਅਦ ਮੇਰੀ ਭਾਬੀ ਨੇ ਆਖਿਆ ਕਿ ਮੀ ਇਹ ਸਬਜ਼ੀ ਚਖਾਓ ਤੇ ਮੇਰੀ ਭਾਬੀ ਦੇਖੋ ਗਈ ਸਵਾਦ ਲਈ ਸਬਜ਼ੀ ਚਖਾਦੀਆ ਹੋਰ ਉਹਨੇ ਆਖਿਆ ਕਿ ਬਾਕੀ ਜਿਹੜੀ ਆ ਉਹ ਬੜੀ ਸਵਾਦ ਸਬਜ਼ੀ ਬਣੀਦੀ ਹੈ ਉਹਦੇ ਬਾਅਦ ਘਰਾਂ ਲਈ ਪਤਾ ਨਹੀਂ ਕੁੱਥਾ ਪਕੌੜੇ ਤੇ ਸਮੋਸੇ ਤੇ ਕੇਕ ਤੇ ਮੇ ਰੁਕਦੇ ਨਾ ਲੱਗਾ ਤੁਹਾਨੂੰ ਮੇਰਾ ਬਲੌਗ ਤੇ ਕਮੈਂਟ ਕਰੀ ਜੁੜ ਦੱਸਿਓ ਤੇ ਇੰਨਾ ਹੀ ਪਿਆਰ ਦਿੰਦੇ ਰਹੋ ਮੇਰੇ ਬਲੌਗ ਹੀ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਰਹੋ ਔਰ ਮੇਰੇ ਬਲੌਗ ਚ ਕੀ ਕਮੀ ਆਵਾਦੀ ਹੈ ਕੀ ਨਵੀਂ ਚੀਜ਼ ਲਈ ਆਵਾ ਮੈਂ ਔਰ ਤੁਸੀਂ ਵੀ ਸੁਣਾਈ ਸਕਦੇ ਹੋ ਕਿਉਂਕਿ ਮੈਂ ਸਿਰ ਬਲੌਗ ਮੈਂ ਸੁਣਾ ਔਰ ਕਮੀ ਜਿਹੜੀ ਤੁਸੀਂ ਦੱਸ ਸਕਦੇ ਹੋ ਔਰ ਮੀ ਕਮੀ ਜਿਹੜੀ ਸੁਣਾਇਆ ਜਰੂਰ ਔਰ ਇੰਨਾ ਹੀ ਸ਼ੇਅਰ ਕਰਦੇ ਰਹੋ ਪਿਆਰ ਦਿੰਦੇ ਰਹੋ ਤੇ ਸ਼ੁਭ ਰਾਤਰੀ ਸੇਯੋਖਾਈ ਪੀਆ